ਤੇ ਚਾਚਾ ਕਿੰਨਾ ਕੋ ਯਾਦ ਹੁੰਦਾ ਪਿੰਡ ਯਾਨੀ ਕਿ ਹੁੰਦਾ ਨਾ ਕਿ ਬੰਦਾ ਆਂਦਾ ਜਿੱਥੇ ਸਾਡਾ ਬਚਪਨ ਗੁਜ਼ਰਿਆ ਉੱਥੇ ਯਾਰ ਦੋਸਤਾਂ ਕੁਝ ਕੁ ਚੀਜ਼ਾਂ ਯਾਦ ਆਉਂਦੀਆਂ ਨੇ ਕੀ ਲੱਗਦਾ ਯਾਦ ਤੇ ਜੀ ਫਿਰ ਸਤਰਾ ਬੰਦਨਾ ਪੜੇ ਜਿਹੜੇ ਚਾਚੇ ਤਾਇਦੇ ਭਰਾ ਨੇ ਆਪਣੇ ਭਰਾ ਨੇ ਆਪਣੇ ਵੀ ਆਪਣੇ ਵੇਣੇ ਉਹ ਤੇ ਫਿਰ ਯਾਦ ਆਉਂਦੇ ਨਾਨਕੇ ਵੀ ਯਾਦ ਆਉਂਦੇ ਨਾ ਤੇ ਜਿਹੜੇ ਇੰਡੀਆ ਚ ਰਹਿ ਕੇ ਤੁਸਾਂ ਨੂੰ ਆਖਿਆ ਨਾ ਕਿ ਚਲੀਏ ਤੇ ਉਹਨਾਂ ਕੀ ਆਖਿਆ ਉਹ ਨਾ ਉਹ ਰਿਸ ਦੋ ਸਾਡੀਆਂ ਵੱਡੀਆਂ ਸਾਰੇ ਤੋਂ ਭੈਣਾ ਸਨ ਨਾ ਉਹ ਵੀ ਦੋ ਪੈਣਾ ਉੱਥੇ ਰਹੀ ਐ ਨਾ ਉਹ ਨਹੀਂ ਆਏ ਮਸਜਿਦ ਕਰ ਹੈ ਸੀ ਤੁਹਾਡੇ ਪਿੰਡ ਹਾਂਜੀ ਮਸਜਿਦ ਤੇ ਥੜੀ ਮਸਜਿਦ ਦੇ ਨਾਲ ਥੜੀ ਥੜੀ ਸਾਡੇ ਆਂਦੇ ਨਾ ਬੈਠਕ ਨੂੰ ਜਿੱਥੇ ਜਾਂ ਜਾਵੇ ਕੋਈ ਪ੍ਰੋਣਾ ਆਵੇ ਉੱਥੇ ਬਹਿਣਾ ਖਲੋਣਾ ਅੱਛਾ ਇਹ ਦੱਸੋ ਕਿ ਜਦੋਂ ਫਿਰ ਰੋਲਾ ਪੈ ਗਿਆ ਵੰਡ ਦਾ ਹਾਂਜੀ ਤੇ ਤੁਸੀਂ ਕਿਸ ਨਾ ਆਏ ਫਿਰ ਉੱਥੋਂ ਤੇ ਕੌਣ ਕੌਣ ਤੁਹਾਡੇ ਨਾਲ ਸੀ ਜਿੱਥੇ ਜਿਹੜਾ ਤੁਸੀਂ ਆਏ ਪਾਕਿਸਤਾਨ ਜਿੱਥੇ ਅਚਨ ਤੁਹਾਡਾ ਕੌਣ ਕੌਣ ਉੱਥੇ ਹੈਗਾ ਸੀ ਉਦੋਂ ਉਹ ਤਾਇ ਦਾ ਪੁੱਤਰ ਐ ਉੱਥੇ ਸਮਸੂਦਦின் ਜੀ ਦਾ ਨਾਮ ਦੋ ਸਾਡੀਆਂ ਵੱਡੀਆਂ ਪਹਿਣਾ ਨੇ ਇੱਕ ਇੱਕ ਦਾ ਸਲੂਕੀ ਤੇ ਇੱਕ ਦਾ ਮਲੂਕੀ ਤੇ ਨਾਲ ਕੇ ਮੇਰੇ ਯੂਪ ਵਿੱਚ ਨੇ ਅਗਰ ਤੁਹਾਨੂੰ ਉੱਥੇ ਜ਼ਿਲ੍ਹੇ ਚ ਛੱਡ ਦਿੱਤਾ ਜਾਏ ਕਿ ਜੀ ਇਹ ਜ਼ਿਲ੍ਹਾ ਤੇ ਗੋ ਆਪਣੇ ਪਿੰਡ ਟੁਰਜੋ ਤੇ ਟੁਰਜੋਗੇ ਉਹ ਵੇਖੋ ਜੀ ਪੁੱਛ ਕੇ ਆਪਣੇ ਤਹਿਸੀਲ ਨਾ ਉੱਥੇ ਪਹੁੰਚ ਜਾ ਤਹਿਸੀਲ ਚ ਪਹੁੰਚ ਜਾ ਅੱਗੇ ਢਾਕਣਾ ਉਜੀਨਾ ਉਹ ਪੂਰਾ ਹੀ ਹਿੰਦੂ ਆਂਦਾ ਜੀ ਅਸਲਾਮ ਵਾਲੇਕਮ ਦੋਸਤੋ ਮੈਂ ਔਰੰਗਜ਼ੇਬ ਬੇਗ ਇੱਕ ਨਵੀਂ ਵੀਡੀਓ ਨਾਲ ਤੁਹਾਡੀ خدمت ਹਾਜ਼ਰ ਹਾਂ ਬਹੁਤ ਦਰਦਨਾਕ ਕਹਾਣੀ 1947 ਦੀ ਵੰਡ ਦੀ ਸਟੋਰੀ ਲੈ ਕੇ ਤੁਹਾਡੇ ਲਈ ਆਇਆ ਹਾਂ ਅੱਜ ਬਜ਼ੁਰਗਾਂ ਨਾਲ ਗੱਲ ਕਰਾਂਗੇ ਜਿਹੜੇ ਵੰਡ ਦੇ ਵਿੱਚ 1947 ਦੇ ਵਿੱਚ ਆਪਣੀ والدہ ਦੇ ਨਾਲ ਇੰਡੀਆ ਚੋਂ ਪਾਕਿਸਤਾਨ ਵਾਲੇ ਹਿੱਸੇ ਦੇ ਵਿੱਚ ਆ ਗਏ ਤੇ ਇੱਥੇ ਆਏ ਕਿਸ ਤਰ੍ਹਾਂ ਆਏ ਇਹਨਾਂ ਦੇ ਵਾਲਦ ਉਥੇ ਸ਼ਹੀਦ ਆਲ੍ਰੀਡੀ ਹੋ ਗਏ ਇਹਨਾਂ ਦੀਆਂ ਦੋ ਭੈਣਾਂ ਵੀ ਉਥੇ ਇੰਡੀਆ ਚ ਹੀ ਰਹਿ ਗਈਆਂ ਲੇਕਿਨ ਇਹ ਅੱਜ ਵੀ ਆਪਣੀਆਂ ਭੈਣਾਂ ਨੂੰ ਨਹੀਂ ਭੁੱਲੇ ਆਪਣਾ ਅੱਧਾ ਪਰਿਵਾਰ ਜਿਹੜਾ ਉੱਥੇ ਰਹਿ ਗਿਆ ਉਹਨਾਂ ਨੂੰ ਅੱਜ ਵੀ ਮਿਲਣ ਨੂੰ ਤਰਸਦੇ ਨੇ ਪਏ ਇਹ ਸਾਰੀਆਂ ਸਟੋਰੀਆਂ ਤੁਹਾਨੂੰ ਸੁਣਾਉਂਦੇ ਆ ਬਜ਼ੁਰਗਾਂ ਦੀ ਜ਼ੁਬਾਨੀ ਤੇ ਇਹ ਪਿੰਡ ਹੈਗਾ ਸੀਓਵਾਲ ਤਹਿਸੀਲ ਪਸਰੂਰ ਜ਼ਿਲ੍ਹਾ ਸਿਆਲਕੋਟ ਤੇ ਉਹ ਗੱਲਬਾਤ ਦਾ ਆਗਾਜ਼ ਕਰਨੇ ਆ ਅਸਲਾਮ ਅਲੈਕਮ ਚਾਚਾ ਜੀ ਤੇ ਕੀ ਨਾਂ ਹੈ ਤੁਹਾਡਾ ਵਾਲੇਕਮ ਸਲਾਮ ਬੇਟਾ ਨੰਨਾ ਖਾਂ ਮੇਰਾ ਨਾਂ ਮੈਂ ਉਹ ਬਰਾਦਰੀ ਨਾਲ ਤਲਕ ਰੱਖਨੇ ਆ ਬਾਪ ਦਾ ਨਾਂ ਸਮਰੂਖਾਂ ਦਾਦਾ ਦਾ ਨਾਮ ਹੁੰਦਾ ਕਿ ਨਹੀਂ ਹਾਂਜੀ ਉਹਦਾ ਨਾਮ ਨਸੀਬ ਖਾਨ اچھا ਤੇ ਤੁਸੀਂ ਜਦੋਂ ਵੰਡ ਹੋਈ ਏ 47 ਦੀ ਉਦੋਂ ਤੁਹਾਨੂੰ ਹੋਸ਼ ਹੈ ਹਾਂਜੀ ਉਦੋਂ ਦੀ ਮੈਂ 10 12 ਸਾਲਾਂ ਦਾ ਸਾਂ ਤੇ ਬਾਪੇ ਮੇਰੇ ਉੱਥੇ ਸ਼ਹੀਦ ਹੋਏ ਨੇ ਉਹ 43 44 ਦੇ ਵਿੱਚ ਸ਼ਹੀਦ ਹੋਏ ਨੇ ਬਾਅਦ ਵਿੱਚ ਇੱਧਰ ਨੂੰ ਆਏ ਆ ਸੀ ਤੁਸੀਂ ਪਹਿਲੇ ਦੱਸੋ ਕਿ ਤੁਹਾਡਾ ਉੱਥੇ ਜ਼ਿਲ੍ਹਾ ਤਹਿਸੀਲ ਪਿੰਡ ਨਾਂ ਯਾਦ ਨੇ ਹਾਂਜੀ ਜ਼ਿਲ੍ਹਾ ਗੁਰਦਾਮਾ ਤਹਿਸੀਲ ਨਾਉ ਡਾਕਖਣਾ ਉਜੀਣਾ ਪਿੰਡ ਨੋਸੇਰਾ ਵਾਹ ਜੀ ਵਾਹ ਤੁਹਾਡੀ ਮਾਸ਼ਾਅੱਲਾ ਯਾਦਦਾਸ਼ ਜਿਹੜੀ ਨੋ ਬੜੀ ਜ਼ਬਰਦਸਤ ਹੈਗੀ ਅੱਛਾ ਤੇ ਕੋਈ ਦਸੋ ਥੋੜਾ ਜਿਹਾ ਕਿ ਜਿਹੜਾ ਤੁਹਾਡਾ ਪਿੰਡ ਸੀ ਕਿੰਨਾ ਕੁ ਵੱਡਾ ਪਿੰਡ ਸੀ ਔਰ ਇੱਕ ਜ਼ਿਆਦਾ ਘਰ ਕਿੰਨਾ ਦੇ ਸਨ ਉਹ ਕਿਹੜੀ ਜਾਤ ਬਰਾਦਰੀ ਉਹ ਖਾਸ ਕਰਕੇ ਮੁਸਲਮਾਨ ਬਰਾਦਰੀ ਸੀ ਤੇ ਦੂਸਰਾ ਪਿੰਡ ਪਿੰਡ ਬਠੇਰਾ ਸੀ ਬਠੇਰਾ ਪਿੰਡ ਸੀ ਉੱਤੇ ਆਮ ਮੁਸਲਮਾਨ ਹੀ ਸਨ ਹੋਰ ਦੂਸਰੇ ਚੂੜੇ ਸਨ ਚੂੜੇ ਜਿਹੜੇ ਆਮ ਗੋਆ ਘਟਾ ਜਿਹੜਾ ਐ ਚੁਕਨ ਵਾਲੇ ਕੌਮਾਂ ਸੀ ਬਾਕੀ ਹੋਰ ਖੱਤਰੀ ਸਨ ਲੇਕਿਨ ਆਮ ਬਹੁਤੇ ਮੁਸਲਮਾਨ ਹੀ ਸਨ ਕੋ ਮਸਜਿਦ ਵਗੈਰਾ ਹੈ ਸੀ ਤੁਹਾਡੇ ਪਿੰਡ ਹਾਂਜੀ ਮਸਜਿਦ ਤੇ ਛੜੀ ਮਸਜਿਦ ਦੇ ਨਾਲ ਛੜੀ ਛੜੀ ਸਾਡੇ ਆਂਦੇ ਨਾ ਬੈਠਕ ਨੂੰ ਜਿੱਥੇ ਜਾਂ ਜਾਵੇ ਕੋ ਪ੍ਰੋਣਾ ਆਵੇ ਉੱਥੇ ਬਹਿਣਾ ਖਲੋਣਾ ਉੱਥੇ ਜਿਹਦਾ ਮੈਂ ਮਹਿਮਾਨ ਹੋਣਾ ਉਹਨੂੰ ਫਿਰ ਉਹ ਆਪਣੇ ਮਹਿਮਾਨ ਨੂੰ ਲੈ ਜਾਣਾ ਮਸਜਿਦ ਬਹੁਤ ਵੱਡੀ ਮਸਜਿਦ ਸੀ ਪਿੰਡ ਵੱਡਾ ਸੀ ਮਸਜਿਦ ਵੀ ਤੇ ਉੱਥੇ ਆਇਆ ਵੱਡਾ ਟਾਮਕ ਜੰਗਵਾਲਾ ਉਹ ਤੁਸੀਂ ਇਸ ਤਰ੍ਹਾਂ ਦਾ ਜਿਵੇਂ ਸਾਬਣ ਬਣਾਣਾ ਹੁੰਦਾ ਨਾ ਕਿਡਾ ਵੜਾ ਹਰਾ ਇਹੋ ਜਿਹਾ ਤੇ ਉਹ ਲੈਦੀ ਉਹ ਖੱਲ ਤੇ ਜਦੋਂ ਇਹਦਾ ਖਤਰਾ ਹੋਣਾ ਉਦੋਂ ਤੇ ਡਗਮਾ ਮਾਰਦੇ ਨੇ ਡਗਮਾ ਮਾਰਜੂ ਤੇ ਜੰਗ ਸ਼ੁਰੂ ਹੋਈ ਹੈ ਨਾ ਉਦੋਂ ਫੇਰ ਉਹ ਡਗਮਾ ਮਾਰਾ ਤੇ ਫੇਰ ਸਾਡੇ ਪਿੰਡ ਦਾ ਜੱਥਾ ਚੜਿਆ ਪਿੰਡ ਵੱਡਾ ਸੀ ਉਦੋਂ ਪਹਿਲਾਂ ਇਹ ਹੋਇਆ ਕਿ ਰਿਆਸਤ ਨੌ ਦੇ ਵਿੱਚ ਰਾਜਾ ਸੀ ਉਹਨੇ ਚੜ੍ਹਾਈ ਕੀਤੀ ਸੀ ਕੋਟ ਬਹੀਕ ਪਿੰਡ ਹੈ ਵੱਡਾ ਪਿੰਡ ਕੋਟ ਹੈ ਬਹੀ ਉਹਦੇ ਤੇ ਚੜ੍ਹਾਈ ਕੀਤੀ ਰਾਜੇ ਨੇ ਰਾਜੇ ਨੇ ਸ਼ੇਰ ਬਣ ਕੇ ਹਾਥੇ ਦੇ ਉੱਤੇ ਲਾਇਦ ਹੈ ਚਪਰੇ ਲਾਇਦ ਇਸਨ ਉਹਨਾਂ ਲਾਇਦ ਨੇ ਕੋਈ ਗੋਲੀ ਨਾ ਵਜਾਈ ਸਿਰਫ ਥੋੜੀ ਥੋੜੀ ਜਗਾ ਜੜੀ ਸੀ ਨਾ ਉਹ ਰੱਖੀ ਸੀ ਉਹ ਕੋਟ ਦੇ ਉੱਤੇ ਉਹਨੇ ਚੜਾਈ ਕੀਤੀ ਕੋਟ ਜਿਹੜਾ ਸੀ ਨਾ ਉਹ ਸਾਡੇ ਪਿੰਡ ਦੇ ਲਾਗੇ ਸੀ ਤੇ ਉਥੋਂ ਦਾ ਅੱਜ ਮੈਂ ਇੱਥੇ ਤਕੀਏ ਆ ਦੇਣਾ ਦਰਬਾਰ ਨੇ ਉਥੇ ਸਾਡੇ ਪਿੰਡ ਦਾ ਦਰਬਾਰ ਸੀ ਮੇਲਾ ਸ਼ਰ ਲੱਗਦਾ ਹੁੰਦਾ ਸੀ ਉੱਥੇ ਹੈ ਮੇਲਾ ਵੀ ਲੱਗਦਾ ਹੁੰਦਾ ਸੀ ਹਾਂ ਦਰਬਾਰ ਸੀ ਅੱਲਾ ਦੇ ਵਲੀ ਸਣ ਕੋਈ ਮੁਸਲਮਾਨ ਸਣੋ ਇਹ ਥੋੜੇ ਸੁਣੋ ਮੁਸਲਮਾਨ ਲੋਗ ਸਣੋ ਮਸਜਿਦਾਂ ਸਣ ਕਬਰਾਂ ਸਭ ਕੁਝ ਹੁੰਦਾ ਹੈ ਅੱਛਾ ਇਹ ਦੱਸੋ ਕਿ ਜਦੋਂ ਫਿਰ ਰੋਲਾ ਪੈ ਗਿਆ ਵੰਡ ਦਾ ਹਾਂਜੀ ਤੇ ਤੁਸੀਂ ਕਿਸ ਨਾਲ ਆਏ ਫਿਰ ਉੱਥੋਂ ਤੇ ਕੌਣ ਕੌਣ ਤੁਹਾਡੇ ਨਾਲ ਸੀ ਜਥੇ ਜਿਹੜਾ ਤੁਸੀਂ ਆਏ ਪਾਕਿਸਤਾਨ ਜਥੇ ਜ ਨਾ ਗੱਡੀ 'ਚ ਆਏ ਹਾਂ ਸੀ ਤੇ ਸ ਅਸੀਂ ਸਾਰੇ ਜੀ ਆਏ ਸਾਡੇ ਚਾਚੇ ਤਾਇ ਇੱਕ ਚਾਚਾ ਸਾਡਾ ਤਾਇ ਉਹ ਇੰਡੀਆ ਚ ਰਹਿ ਗਿਆ ਕੀ ਨਾਮ ਸੀ ਉਹਨਾਂ ਦਾ ਉਹਨਾਂ ਸ਼ਮਸੁद्दीन ਸ਼ਮਸ ਉਹਦੀ بیوی ਦੇ ਨਾਮ ਮਰੀਮ ਤਾਇਆ ਜਿਹੜਾ ਉਹਦਾ ਨਾਮ ਸੁਲਤਾਨ ਸੀ ਤੇ ਜਿਹੜੇ ਇੰਡੀਆ ਚ ਰਹਿ ਕੇ ਤੁਸੀਂ ਉਹਨਾਂ ਨੂੰ ਆਖਿਆ ਨਾ ਕਿ ਚਲੀਏ ਤੇ ਉਹਨਾਂ ਕੀ ਆਖਿਆ ਉਹ ਨਾ ਹੋਰ ਦੋ ਸਾਡੀਆਂ ਵੱਡੀਆਂ ਸਾਰੇ ਤਾਂ ਭੈਣਾ ਸਨ ਉਹ ਵੀ ਦੋ ਭੈਣਾ ਉੱਥੇ ਰਹੀਆਂ ਨੇ ਉਹ ਨਹੀਂ ਆਏ ਜਿਹੜੇ ਨਹੀਂ ਆਏ ਉੱਥੇ ਰਹੇ ਉੱਥੇ ਰਹੇ ਨੇ ਅੱਛਾ ਹੁਣ ਤੁਹਾਡਾ ਕੌਣ ਕੌਣ ਉੱਥੇ ਹੈਗਾ ਸੀ ਉਦੋਂ ਉਹ ਤਾਹ ਦਾ ਪੁੱਤਰ ਹੈ ਉੱਥੇ ਸ਼ਮਸੂद्दीन ਜੀ ਦਾ ਨਾਂ ਦੋ ਸਾਡੀਆਂ ਵੱਡੀਆਂ ਪਹਿਲਾਨੇ ਇੱਕ ਇੱਕ ਦਾ ਸਲੂਕੀ ਤੇ ਇੱਕ ਦਾ ਮਲੂਕੀ ਤੇ ਨਾਂਕੇ ਮੇਰੇ ਯੂਪੀ ਵਿੱਚ ਨੇ ਬਲੰਦ ਸ਼ਹਿਰ ਵਿੱਚ ਨੌਰੰਗ ਬਾਦ ਹੈ ਵਿੱਚ ਬਲੰਦ ਸ਼ਹਿਰ ਦੇ ਵਿੱਚ ਉੱਥੋਂ ਦੇ ਰਹੇ ਨੇ ਤੇ ਕੋਈ ਰਾਬਤਾ ਤੁਹਾਡਾ ਹੈ ਉਹਨਾਂ ਨਾਲ ਜਿਹੜੇ ਉੱਥੇ ਨੇ ਪਹਿਲਾਂ ਰਾਬਤਾ ਸੀ ਆਉਣ ਜਾਂਦੇ ਚਿੱਠੀ ਵੀ ਆਉਂਦੇ ਜਾਂਦੇ ਅਸਣ ਲੇਕਿਨ ਉਹਨਾਂ ਦੀ ਔਲਾਦ ਦਾ ਨਾਂ ਤੇ ਉਹਨਾਂ ਦਾ ਨਾਂ ਜਿਹੜਾ ਨਾ ਉਹ ਮੇਰੇ ਤੱਕ ਨਹੀਂ ਪਹੁੰਚਿਆ ਜਿਹੜੇ ਸਾਡੇ ਪਿਛਲੇ ਹਨ ਨਾ ਰਿਸ਼ਤੇਦਾਰ ਉਹਨਾਂ ਦੇ ਮੋਟਾ ਮੋਟਾ ਨਾਂ ਯਾਦ ਰਿਹਾ ਲੇਕਿਨ ਅੱਗੋਂ ਉਹਨਾਂ ਦੀ ਔਲਾਦ ਦਾ ਜਿਹੜਾ ਨਾ ਉਹਨਾਂ ਨਾਲ ਰਾਬਤਾ ਨਹੀਂ ਹੋਇਆ ਤੇ ਉਹਨਾਂ ਦਾ ਕੋਈ ਰਾਬਤਾ ਕਿੰਨੀ ਕੁ ਦਿਰੇ ਕੋਈ ਰਾਬਤਾ ਨਹੀਂ ਹੋ ਗਏ 15-20 ਸਾਲ ਹੋ ਗਏ ਨੇ ਰਾਬਤਾ ਨਹੀਂ ਉਹਨਾਂ ਨਾਲ ਹੋਇਆ ਹੈ ਤੇ ਤੁਸੀਂ ਚਾਹਦੇ ਹੋ ਕਿ ਉਹਨਾਂ ਨਾਲ ਰਾਬਤਾ ਹੋਏ ਬੰਦਾ ਗੱਲ-ਸ਼ਾਲ ਕਰੇ ਮਿਲੇ ਗਿਲੇ ਹਾਂਜੀ ਦਿਲ ਤੇ ਕਰਦਾ ਮਿਲਣੂ ਕਿ ਮੈਂ ਤੇ ਜਾ ਸਕਣਾ ਮੈਨੂੰ ਪਿੰਡ ਦਾ ਵੀ ਨਾ ਯਾਦ ਵੀ ਆਉਂਦਾ ਤੇ ਉਹਨਾਂ ਦੇ ਮੈਨੂੰ ਸਭ ਕੁਝ ਯਾਦ ਹੈ ਨਾ ਉਹਨਾਂ ਦੇ ਨਾ ਵੀ ਯਾਦ ਨਹੀਂ ਜਾ ਸਕਣਾ ਪੈਣਾਗੇ ਅਗਰ ਤੁਹਾਨੂੰ ਉੱਥੇ ਜ਼ਿਲ੍ਹੇ 'ਚ ਛੱਡ ਦਿੱਤਾ ਜਾਏ ਕਿ ਜੀ ਇਹ ਜ਼ਿਲ੍ਹਾ ਤੇ ਗੋ ਆਪਣੇ ਪਿੰਡ ਟੁਰਜੋ ਤੇ ਟੁਰਜੋਗੇ ਵੇਖੋ ਜੀ ਪੁੱਛ ਕੇ ਆਪਣੇ ਤਹਿਸੀਲ ਨਾ ਉੱਥੇ ਪਹੁੰਚ ਜਾ ਤਹਿਸੀਲ 'ਚ ਪਹੁੰਚ ਜਾ ਅੱਗੇ ਢਾਕਣਾ ਉਜੀਣਾ ਉਹ ਪੂਰਾ ਹੀ ਹਿੰਦਵਾਨਾ ਪਿੰਡ ਪੂਰਾ ਹੀ ਹਿੰਦਵਾਨਾ ਉਹਦੇ ਨਾਲ ਪਿੰਡ ਦੇ ਨਾਲ ਅੱਗੇ ਸਾਡਾ ਪਿੰਡ ਥੋੜੀ ਦੂਰ ਹਾਂ ਉੱਥੇ ਫੁਚਫੁਚਾ ਕੇ ਜਾ ਸਕਦਾ ਹਰਥਾਈ ਜਾ ਸਕਦਾ ਤੇ ਚਾਚਾ ਕਿੰਨਾ ਕੋ ਯਾਦ ਹੁੰਦਾ ਪਿੰਡ ਯਾਨੀ ਕਿ ਹੁੰਦਾ ਨਾ ਕਿ ਬੰਦਾ ਅੰਦਾ ਜਿੱਥੇ ਸਾਡਾ ਬਚਪਨ ਗੁਜ਼ਰਿਆ ਉੱਥੇ ਯਾਰ ਦੋਸਤਾਂ ਕੁਝ ਕੁ ਚੀਜ਼ਾਂ ਯਾਦ ਆਉਂਦੀਆਂ ਨੇ ਕੀ ਲੱਗਦਾ ਯਾਦ ਤੇ ਜੀ ਫਿਰ ਇਤਨਾ ਬੰਦਨਾ ਪੜੇ ਜਿਹੜੇ ਚਾਚੇ ਤਾਇਦੇ ਪ੍ਰਾਣੇ ਆਪਣੇ ਭੈਣਾਂ ਨੇ ਭੜੇਵੀਆਂ ਆਪਣੇ ਵੇਣੇ ਉਹ ਤਾਂ ਫਿਰ ਯਾਦ ਆਉਂਦੇ ਨਾਨਕੇ ਵੀ ਯਾਦ ਆਉਂਦੇ ਨੇ ਲੇਕਿਨ ਕੋਈ ਐਸੀ ਮਜਬੂਰੀਆਂ ਹੋ ਗਈਆਂ ਨਾ ਕਿ ਐਸੀ ਨਹੀਂ ਜਾ ਸਕੇ ਸਾਡਾ ਚਾਚਾ ਸੀ ਓ ਗਿਆ ਸੀ ਇੱਕ ਦੋ ਵਾਰ ਹੋ ਗਿਆ ਲੇਕਿਨ ਉਹਨਾਂ ਦਾ ਪੂਰਾ ਪੂਰਾ ਪਤਾ ਨਹੀਂ ਲਿਆਇਆ ਕਿ ਤੁਹਾਡਾ ਨਾਂ ਕੀ ਨੇ ਤੁਹਾਡੇ ਲਾਦਾ ਨਾਂ ਕੀ ਹੈ ਤੁਹਾਡਾ ਕੀ ਕਿਸ ਤਰ੍ਹਾਂ ਕਿਸ ਤਰ੍ਹਾਂ ਦਾ ਉਹ ਪੂਰਾ ਉਹਨਾਂ ਦਾ ਨਾਂ ਨਿਸ਼ਾਨਾ ਦੱਸਿਆ ਨਹੀਂ ਉਹਨਾਂ ਨੇ ਉਹ ਕਿਹਦੀ ਵਾਰੀ ਲਾ ਲੋ ਇੱਕ ਦੀ ਲਾਓ ਨਹੀਂ ਠੀਕ ਲਾ ਲੋ ਲਾ ਲੋ ਨਹੀਂ ਬਸ ਠੀਕ ਹੈ ਅੱਛਾ ਤੇ ਦੱਸੋ ਕਿ ਜਦੋਂ ਤੁਸੀਂ ਆਏ ਤੇ ਜਿਹੜਾ ਤੁਹਾਡੇ ਜੀਸ ਹਨ ਸਾਰੇ ਖੈਰ ਖਰੀਆ ਨਾਗੇ ਸਨ ਜਾਂ ਤੁਹਾਡੇ ਜੱਥੇ ਦੇ ਜਿਹੜੇ ਲੋਕ ਸਾਰੇ ਠੀਕ ਠਾਕ ਆ ਗਏ ਸਾਂ ਇੱਥੇ ਪਹੁੰਚ ਗਏ ਸਾਂ ਕਿਧਰੋਂ ਦੀ ਆਏ ਸੋ ਅਸੀਂ ਅਧਰੋਂ ਬਾਗੇ ਬਾਟਰ ਲਓ ਜਿਹੜੀ ਆ ਤੇ ਬਾਟਰ ਨਹੀਂ ਲਾਹੌਰ ਦੀ ਜਿਹੜੀ ਹਿੰਦੁਸਤਾਨ ਚੋਂ ਗੱਡੀ ਆਉਂਦੀ ਹੈ ਉਸ ਗੱਡੀ ਤੋਂ ਉੱਥੇ ਵਾਗੇ ਵਾੜ ਤੋਂ ਉੱਥੇ ਉਤਰਦੇ ਨੇ ਉੱਥੇ ਤੇ ਜਿਹੜੀ ਕੋਈ ਆਂਦੇ ਨੇ ਗੱਡੀ ਉਹਨਾਂ ਦੇ ਵਿੱਚ ਕੁਝ ਕਤਲੋਗਾਰਤ ਵੀ ਹੋਈ ਸੀ ਉਹ ਤੁਹਾਡੇੋਂ ਤੋਂ ਪਹਿਲਾਂ ਹੋਈ ਸੀ ਤੇ ਕਿੱਥੇ ਹੋਈ ਸੀ ਉਹ ਜਿਹੜਾ ਪਹਿਲਾਂ ਦੋ ਤਿੰਨ ਦਿਨ ਪਹਿਲਾਂ ਪਹਿਲਾਂ ਪੂਰੀ ਪੂਰੀ ਗੱਡੀ ਜੱਡੀ ਕਤਲ ਕਰ ਦਿੱਤੀ ਗਈ ਸੀ ਆ ਉਸ ਬਾਅਦ ਦੂਸਰੇ ਤੀਸਰੇ ਵਾਰ ਹੀ ਆਏ ਫਿਰ ਅਸੀਂ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਸਹੀ ਸਲਾਮਤ ਆ। ਉਹ ਡਰਦੇ ਹੋ ਨਹੀਂ ਕਿ ਅੱਲਾ ਕਰੇ ਖੈਰ ਆਖਰੀ ਪਹੁੰਚ ਜਾਈਏ। ਉਹ ਜੀ ਉਹਨਾਂ ਨੇ ਇੰਡੀਆ ਦੀ ਹਕੂਮਤ ਨੇ ਸਲੂਕ ਕੀਤਾ। ਮਰੱਠਾ ਜਿਹੜੀ ਸੀ ਨਾ ਉਹ ਫੌਜ ਉਹਦੇ ਨਾਲ ਉਹਨਾਂ ਨੇ سپرد ਕੀਤਾ। ਉਹਨਾਂ ਕਹਿੰਦੇ ਤੁਸੀਂ ਇਹਦੇ ਜ਼ਿੰਮੇਵਾਰੀ ਇਹਨਾਂ ਨੂੰ ਪਾਕਿਸਤਾਨ ਪਹੁੰਚਾਉਣਾ ਤੁਸੀਂ। ਉਹ ਵਿਚਾਰੇ ਚੰਗੇ ਉਹਨਾਂ ਨੇ ਹਫਾਜ਼ਤ ਨਾ ਸਾਨੂੰ ਤੇ ਲਾਹਰ ਪਹੁੰਚਾ ਦਿੱਤਾ। ਤੇ ਜਦੋਂ ਤੁਸੀਂ ਲਾਹੌਰ ਆਏ ਤੇ ਹੁਣ ਫਿਰ ਕਿਸ ਨਾਲ ਤੁਹਾਨੂੰ ਪਤਾ ਲੱਗਾ ਕਿ ਤੁਸੀਂ ਪਿੰਡ ਸੀਓ ਵਾਲ ਜਾਣਾ ਕੋਈ ਹੈ ਸੀਤਾ ਪਤਾ ਇੱਥੇ ਨਹੀਂ ਕੋਈ ਪਤਾ ਨਹੀਂ ਸੀ ਇਸ ਤਰ੍ਹਾਂ ਕਦ ਲਾਲਪੁਰ ਤੁਰ ਕੇ ਕਦ ਲਾਹੌਰ ਰੇਪੇ ਕਦੇ ਡਾਨੇ ਕੋਲ ਤੁਰ ਕੇ ਤੇ ਬਾਅਦ ਵਿੱਚ ਜਿੱਥੇ ਜਿੱਥੇ ਆਪਣੇ ਜੀ ਮਿਲਦੇ ਰਹੇ ਕਿ ਤੁਹਾਡੇ ਕਿੰਨੇ ਭੈਣ ਭਾਈ ਸਨ ਅਸੀਂ ਜੀ ਚਾਰ ਭਾਈ ਸਾਂ ਤੇ ਤਿੰਨ ਭੈਣਾਂ ਸਨ ਇੱਕ ਭੈਣ ਤੇ ਸਾਡੇ ਇੱਧਰ ਆ ਗਏ ਦੋ ਭੈਣਾਂ ਸਾਡੀ ਉਧਰ ਨੇ ਉਹ ਭੈਣਾ ਉਦੋਂ ਕਿੰਨੀਆਂ ਕਿੰਨੀਆਂ ਹੈਗੀਆਂ ਸਨ ਉਹਦੇ ਜਵਾਨ ਸਨ ਬਾਲ ਬੱਚੇ ਧਾਰ ਸਨ ਬਾਲ ਬੱਚੇ ਧਾਰ ਸਨ ਉਦੋਂ ਬਾਲ ਬੱਚਾ ਸੀ 2 3 4 4 ਬੱਚੇ ਸਨ ਉਹਨਾਂ ਦੇ ਜਵਾਨ ਸਨ ਤਾਇ ਦਾ ਪੁੱਤ ਜਿਹੜਾ ਸੀ ਨੇ ਇਹ ਸਾਡਾ ਹਾਣੀ ਮੇਰਾ ਹਾਣੀ ਸੀ ਉਹ ਤੇ ਬਾਕੀ ਸਭ ਵੱਡੇ ਸਨ ਤੇ ਜਦੋਂ ਤੁਸੀਂ ਆਏ ਤੇ ਤੁਹਾਡੀ والدہ ਹیات ਸਨ ਨਾਲ ਸਨ ਹਾਂਜੀ والدہ ਹیات ਸਨ ਇੱਥੇ ਆਣ ਕੇ ਤਕਰੀਬਨ 100 ਸਾਲ ਦੇ ਹੋ ਗਏ ਸਨ ਉਹਨਾਂ ਦੇ ਛੋਟੇ ਛੋਟੇ ਦੰਦ ਜਨਨਾ ਉਹ ਨਿਕਲ ਪੈਣ ਲੋਗਦੇ ਜਿਵੇਂ ਛੋਟੇ ਛੋਟੇ ਦੰਦ ਜਿਹੜੇ 100 ਸਾਲ ਤੋਂ ਉੱਥੇ ਹੋ ਗਏ ਹੁੰਦੇ ਇੱਥੇ ਆਣ ਕੇ ਫਿਰ ਬਾਲਦਾ ਫੌਤ ਨਹੀਂ ਹੁੰਦਾ ਤੁਸੀਂ ਜਦੋਂ ਬਾਲਦਾ ਇੱਥੇ ਆ ਗਏ ਤੁਸੀਂ ਰਹਿਣਾ ਸ਼ੁਰੂ ਕਰ ਦਿੱਤਾ ਤੇ ਫਿਰ ਬਾਲਦਾ ਨੂੰ ਆਪਣੀਆਂ ਧੀਆਂ ਦੀ ਤੇ ਯਾ ਤੇ ਹੁੰਦੀ ਹੋਣੀ ਹੈ ਯਾ ਤੇਰੇ ਦੀ ਪਹਿਣਾ ਦੀ ਹੁਣ ਵੀ ਆਉਂਦੀ ਹੈ ਸਾਨੂੰ ਵੀ ਆਉਂਦੀ ਆਪਣੇ ਵੇਂ ਦੀ ਜਿਵੇਂ ਵਿਆਹ ਸ਼ਾਦੀਆਂ ਦੇ ਵਿੱਚ ਪਹਿਣਾ ਦੀਆਂ ਆਪਣੇਵਿਆਂ ਦੀਆਂ ਪਹਿਣਾ ਦੀਆਂ ਯਾਦਾਂ ਹੁੰਦੀਆਂ ਨੇ ਆਪਣੇ ਦੇ ਭਰਾਵਾਂ ਦੀ ਵੀ ਯਾਦਾਂ ਹੁੰਦੀਆਂ ਨਾਲ ਕਾਂਦੀ ਵੀ ਯਾਦਾਂ ਹੁੰਦੀਆਂ ਤੇ والدہ ਤੁਹਾਡੀ ਵੀ ਕੁਝ ਕਰੀ ਨਾ ਲੈ ਕੇ ਦਿਲ ਬੁਰਾ ਕਰਦੀ ਹੁੰਦੀਆਂ ਸਨ ਵੇਖੋ ਜੀ ਸਾਨੂੰ ਆਪਣੇ ਪਿੰਡ ਦੀਆਂ ਗੱਲਾਂ ਸੁਣਾਦੇ ਨੇ ਆਪਣੇ ਪੇਕੇਆਂ ਦੀਆਂ ਗੱਲਾਂ ਸੁਣਾਦੇ ਨੇ ਆਪਣੇ ਪਿੰਡ ਦੇ ਸੁਣਾਦੇ ਨੇ ਆ ਤੇ ਹੁਣ ਤੁਸੀਂ ਆਖਦੇ ਦੱਸ ਦਿਓ ਕਿ ਤੁਸੀਂ ਉਹ ਉਹਨਾਂ ਨੂੰ ਕੀ ਪੈਗਾਮ ਦੇਣਾ ਚਾਹੁੰਦਾ ਕਿ ਤੁਹਾਡੀ ਕੋਈ ਵੀਡੀਓ ਵੇਖੇ ਤੇ ਉਹ ਤੁਹਾਨੂੰ ਰਾਬਤਾ ਕਰੇ ਕੋਈ ਪੈਗਾਮ ਦਿਓ ਨਾ ਕੋਈ ਉਹਨਾਂ ਦਾ ਕੋਈ ਲਾਲ ਉਲਾ ਦੇ ਥੋੜਾ ਜਿਹਾ ਹੋ ਜੀ ਫਿਰ ਅਸਲਾਮੁਅਲੈਕੁਮ ਰਾਜੀ ਬਾਜੀ ਪੁੱਛਣੀ ਹੋਰ ਹੈ ਸੰਪਦਾ ਇਹ ਤੇ ਸਾਹਮਣੇ ਸਾਹਮਣੇ ਹੋਣ ਤੇ ਫਿਰ ਤੇ ਚੱਲ ਅਸੀਂ ਆਪਣਾ ਕੋਈ ਗੱਲਬਾਤ ਕਰੀਏ ਰਾਜੀ ਬਾਜੀ ਪੁੱਛੀਏ ਮੁਹਬਤ ਕਰੀਏ ਦਿਲ ਤੇ ਕਰਦਾ ਹੁਣ ਦਿਲ ਤੇ ਕਰਦਾ ਜੀ ਕਰਦਾ ਤੇ ਕਰਦਾ ਇਹਦੇ ਵਿੱਚ ਅੱਛਾ ਉਹ ਜਿਹੜੇ ਤੁਹਾਡੇ ਤੁਸੀਂ ਦੱਸਿਆ ਕਿ ਤੁਹਾਡੇ ਵਾਲਦ ਸਾਹਿਬ ਉੱਥੇ ਸ਼ਹੀਦ ਹੋਏ ਤੇ ਉਹ ਕੀ ਸਨ ਤੁਹਾਡੇ ਵਾਲਦ ਸਾਹਿਬ ਆਰਮੀ ਦੇ ਸਨ ਦੱਸੋ ਕਿਸ ਤਰ੍ਹਾਂ ਸ਼ਹੀਦ ਹੋਏ ਆਰਮੀ ਦੇ ਸਨ ਉਦੋਂ ਇਸ ਤਰ੍ਹਾਂ ਤੁਨ ਸ਼ੁਰੂ ਕੀਤੀ ਨਾ ਜਦੋਂ ਅਲਵਰ ਦਾ ਅਲਵਰ ਦਾ ਸਦਾ ਰਾਜਾ ਚੜਾਈ ਕੀਤੀ ਨਾ ਉਹਨੇ ਚਾਪਰੇ ਲਾਇ ਸਨ ਲੋਹੇ ਦੇ ਕਿ ਗੋਲੀ ਨਾ ਵੱਜੇ ਉਦੋਂ ਜਦੋਂ ਜਥਾ ਕੋਟ ਵਹੀ ਇੱਕ ਪਿੰਡ ਤੇਰਾ ਉਦੋਂ ਚੜਾਈ ਕੀਤੀ ਉਹਨਾਂ ਨੇ ਕਿ ਉਹ ਫਿਰ ਅੱਗੇ ਚਾਪਰੇ ਲੈਣ ਤਾਂ ਥੋੜੀ ਜਿਹੀ ਜਗਾ ਹੋਣਾ ਅੱਖੀਆਂ ਦੇ ਹੱਥ ਨੂੰ ਛੱਡੀ ਸੀ ਬਾਕੀ ਸਭਾ ਲੋਏ ਨਾ ਉਹ ਕਾ ਜ਼ਿਆਦਾ ਸੀ ਉਹ ਫਿਰ ਫਕੀਰ ਸੀ ਨਾ ਦਰਬਾਰ ਦਾ ਇਹ ਕਾ ਟੁੰਡਾ ਸੀ ਇੱਥੇ ਰੱਖ ਕੇ ਨਾ ਫਿਰ ਉਹਨੇ ਅੱਖੀ ਚ ਗੋਲੀ ਮਾਰੀ ਉਹਦਾ ਇਨਕ ਨਿਸ਼ਾਨਾ ਸੀ ਉਹਦੀ ਅੱਖੀ ਚ ਹੱਥੇ ਚ ਗੋਲੀ ਮਾਰੀ ਜਦੋਂ ਗੋਲੀ ਵੱਜੀ ਤੇ ਉਹ ਹੱਥ ਜਿਹੜਾ ਉਹਨੂੰ ਪਹੁੰਚਣ ਕੇ ਸ਼ਰਾਬ ਪਿਆਲੇ ਦੀ ਸੀ ਹੱਥੇ ਨੂੰ ਉਹ ਫਿਰ ਪਿਛਾ ਨੂੰ 도ੜਿਆ ਉਹਨਾਂ ਨਾਲ ਜਿਹੜੇ ਜਥਾ ਹੀ ਨਾ ਹਿੰਦੂਆਂ ਦਾ ਉੱਥੇ ਫਿਰ ਉਹਨਾਂ ਨੇ ਮਾਰਿਆ ਉਸ ਦੇ ਬਾਅਦ ਸਾਡੇ ਸਾਡੇ ਪਿੰਡ ਦੇ ਲਾਗੇ 6-7 ਪਿੰਡ ਸੜ ਹਿੰਦੂਆਂ ਦੇ ਇਹਨਾਂ ਨੇ ਫਿਰ ਸਾਡੇ ਜਿਹੜੇ ਪਿੰਡ ਸੇ ਨਾ 도ਤਰਾ ਮੁਸਲਮਾਨਾਂ ਦੇ ਇਹਨਾਂ ਨੇ ਫਿਰ ਉੱਥੇ ਜਥਾ ਚਾੜ ਦਿੱਤਾ ਉੱਥੇ ਜਿੱਥੇ ਜਥਾ ਚਾੜਿਆ ਤੇ ਉੱਥੇ ਲੜਾਈ ਤੇ ਉੱਥੇ ਫਿਰ ਉਹਨਾਂ ਨੂੰ ਹਿੰਦੂ ਨੂੰ ਮਾਰਿਆ ਤੇ ਮੈਂ ਪਾਕਿਸਤਾਨ ਦੇ ਮੁਸਲਮਾਨਾਂ ਦੇ ਤਾਂ ਫੌਜ ਕੋਈ ਨਹੀਂ ਸੀ ਫੌਜ ਤੇ ਹਿੰਦੂਆਂ ਦੀ ਸੀ ਇੰਡੀਆ ਦੀ ਫੌਜ ਸੀ ਲੇਕਿਨ ਉਹਨਾਂ ਨੇ ਇੰਡੀਆ ਦੀ ਫੌਜ ਨੇ ਰੜਕੇ ਨਾ ਉਹਨਾਂ ਨੇ ਫਿਰ ਸਾਡੇ ਮੁਸਲਮਾਨਾਂ ਨੂੰ ਉਹਨਾਂ ਨੂੰ ਉਦੋਂ ਸਾਡੇ ਆ ਬਈ ਉਦੋਂ ਸੀ ਤੋ ਇਹਨਾਂ ਦੀ ਫੈਰੰਗ ਨਹੀਂ ਦਵਾ ਦੇਣਾ ਕਿ ਮੁਸਲਮਾਨਾਂ ਕੋਲ ਤਾਂ ਫੌਜ ਨਹੀਂ ਸੀ ਨਾ ਨਾ ਕੋ ਹਥਿਆਰ ਸੀ ਨਾ ਰਫਲ ਸੀ ਲੋ ਜੀ ਨਾਜ਼ਰੀਨ ਐਸੀ ਸਾਡੇ ਬਜ਼ੁਰਗਾਂ ਦੀ ਗੁਫ਼ਤਗੂ ਜਿਹੜੀ ਕਿ ਉਹਨਾਂ ਨੇ ਬੜੀਆਂ ਆਪਣੀਆਂ ਯਾਦਾਂ ਸ਼ੇਅਰ ਕੀਤੀਆਂ ਨੇ ਔਰੰਗਜ਼ੇਬ ਨੂੰ ਇਜਾਜ਼ਤ ਦਿਓ ਰੱਬ ਰਾਖਾ